ਇਸ ਕਰਕੇ ਵੀ ਇਹ ਸੀਟ ਬੜੀ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੇ ਅੰਮ੍ਰਿਤਪਾਲ ਹੋਰ ਇਲੈਕਸ਼ਨ ਲੜ ਰਹੇ ਔਰ ਤੁਸੀਂ ਜਿਸ ਤਰੀਕੇ ਨਾਲ ਖੁੱਲ੍ਹ ਕੇ ਉਹਨਾਂ ਦੇ ਖਿਲਾਫ਼ ਬੋਲ ਰਹੇ ਹੋ, ਅਜੇ ਤੱਕ ਕੋਈ ਹੋਰ ਇੰਨਾ ਖੁੱਲ੍ਹ ਕੇ ਬੋਲਿਆ ਨਹੀਂ। ਮੇਰਾ ਤਾਂ ਇੱਕੋ ਹੀ ਆ, ਜਿਹੜਾ ਨਿਸ਼ਾਨਾ ਜਿਹੜਾ ਮੱਛੀ ਦੀ ਆਖਰ ਗਾ। ਸੁਖਬੀਰ ਬਾਦਲ ਹੋਰੀ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਹਿੰਦੇ ਕਿ ਇਹ ਇੱਦਾਂ ਗੱਲ ਨਹੀਂ ਬਣਨੀ, ਸਰਕਾਰ ਤੋੜਨੀ ਪੈ ਸਕਦੀ ਹੈ, ਮੈਂ ਸਰਕਾਰ ਗਿਰਾ ਦਾਂਗਾ, ਪਿਓ ਪੁੱਤ ਵਾਲੀ ਗੱਲ ਨਹੀਂ ਹੈ। ਇੱਥੇ ਮੈਂ ਅਕਾਲੀ ਦਲ ਦਾ ਪ੍ਰਧਾਨ ਹੈ, ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਤਾਕੀਦ ਕਰਦਾ, ਮੈਂ ਉਸ ਹੈਸੀਅਤ 'ਚ ਤੁਹਾਨੂੰ ਕਹਿੰਦਾ ਕਿ ਤੁਸੀਂ ਅਸੀਂ ਫੜੇ। ਟਰੈਕਟਰ 'ਤੇ ਗੇੜੀ ਲਗਾਉਣ ਦੇ ਲਈ ਇਸ ਵੇਲੇ ਅਸੀਂ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕਾ ਪਹੁੰਚੇ ਹਾਂ ਔਰ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਨਾਲ ਹੀ ਨਾਲ ਟਰੈਕਟਰ 'ਤੇ ਗੇੜੀ ਲਗਾਵਾਂਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਪੰਕਜ ਕਪਾਹੀ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਤਾਂ ਟਰੈਕਟਰ 'ਤੇ ਗੇੜੀ ਲਗਾਉਣ ਦੇ ਲਈ ਵਲਟੋਹਾ ਸਾਹਿਬ ਤਿਆਰ ਹੋ ਪੂਰੀ ਤਰ੍ਹਾਂ ਨਾਲ? ਫੁੱਲ ਪੰਕਜ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰਲੀ ਵਾਰ ਟਰੈਕਟਰ ਕਦੋਂ ਚਲਾਇਆ ਸੀ? ਚਲਾਉਂਦੇ ਰਹੇ ਹਾਂ, ਪਰ ਇਹੀ ਕਾਲਜ ਟਾਈਮ ਹੀ, ਉਸ ਤੋਂ ਬਾਅਦ ਅਮੂਮਨ ਸਿਆਸੀ ਲੀਡਰਾਂ ਨੂੰ ਮਹਿੰਗੀਆਂ ਗੱਡੀਆਂ ਹੀ ਦੇਖੀਦਾ, ਲੇਕਿਨ ਜਿਹੜਾ ਟਰੈਕਟਰ ਹੈ ਖੇਤਾਂ ਦਾ ਰਾਜਾ ਹੈ, ਇਸ ਰਾਜੇ ਤੇ ਬਹਿਣ ਲਈ ਤਿਆਰ ਹੋ? ਤੁਰੇ ਹੀ ਇਹਦੇ ਆਸਰੇ ਫਿਰਦੇ ਹਾਂ, ਇਹਦੇ ਆਸਰੇ ਤੁਰੇ ਫਿਰਦੇ। ਬਾਕੀ ਜਿਹੜਾ ਮੇਰੀ ਤਾਂ ਗੱਡੀ ਇੱਥੇ ਵੇਲੇ ਭਰਾ, ਉਹ ਵੀ ਨਹੀਂ ਮਹਿੰਗੀ, ਉਹ ਵੀ ਦੇਸੀ ਹੈ, ਠੀਕ ਹੈ। ਇਸ ਕਰਕੇ ਨਾ ਹੀ ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਆ, ਨਾ ਹੀ ਲਗਜ਼ਰੀ ਲਾਈਫ ਦੇ ਆਦੀ ਹਾਂ। ਅਸੀਂ ਤੇ ਮਾਤੜ ਲੋਕ ਆ, ਲੋਕਾਂ ਨੇ ਮਾਣ ਤਾਨ ਦਿੱਤਾ ਆ, ਉਹਨਾਂ ਦੇ ਪੈਰਾਂ ਥੱਲੇ ਹੱਥ ਦਿੰਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਰ ਇਵੇਂ ਕਹਿ ਦਈਏ ਕਿ ਲੋਕਾਂ ਨੇ ਮਾਣ ਤਾਣ ਵਾਲੀ ਕੋਈ ਕਸਰ ਨਹੀਂ ਛੱਡੀ, ਜੇ ਤਾਂ ਸ਼ਬਦਾਂ ਦੇ ਨਾਲ ਜਿਹੜਾ ਆ ਧੰਨਵਾਦ ਨਹੀਂ ਕੀਤਾ ਜਾ। ਅਮੂਮਨ ਸਿਆਸੀ ਲੀਡਰਾਂ ਕੋਲ ਜ਼ਮੀਨ ਬਹੁਤ ਹੁੰਦੀ ਹੈ, ਤੁਹਾਡੇ ਕੋਲ ਕਿੰਨੀ ਜ਼ਮੀਨ ਹੈ? ਮੇਰੇ ਕੋਲ ਤਾਂ ਸਾਰੀ 12 ਕਿੱਲੇ ਹੈ ਜੀ। ਬਸ, ਹਾਂਜੀ। ਛੋਟਾ ਕਿਸਾਨ? ਛੋਟੇ ਕਿਸਾਨ। ਨਾਮ ਵੱਡਾ ਵਿਰਸਾ ਸਿੰਘ ਵਲਟੋਹਾ ਹੋਰਾਂ ਦਾ? ਨਹੀਂ, ਨਾਮ ਹੀ ਮਾਪਿਆਂ ਨੇ ਵਿਰਸਾ ਸਿੰਘ ਬਹੁਤ ਛੋਟਾ ਰੱਖਿਆ, ਪੰਕਜ ਕਪਾਹੀ ਤਾਂ ਰੱਖਿਆ ਹੀ ਨਹੀਂ ਗਾ। ਚਲੋ, ਗੇੜੀ ਲਾਉਂਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਇਸ ਕਰਕੇ ਵੀ ਇਹ ਸੀਟ ਬੜੀ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੇ ਅੰਮ੍ਰਿਤਪਾਲ ਹੋਰੀ ਇਲੈਕਸ਼ਨ ਲੜ ਰਹੇ ਔਰ ਤੁਸੀਂ ਜਿਸ ਤਰੀਕੇ ਨਾਲ ਖੁੱਲ੍ਹ ਕੇ ਉਹਨਾਂ ਦੇ ਖਿਲਾਫ਼ ਬੋਲ ਰਹੇ ਹੋ, ਅਜੇ ਤੱਕ ਕੋਈ ਹੋਰ ਇੰਨਾ ਖੁੱਲ੍ਹ ਕੇ ਬੋਲਿਆ ਨਹੀਂ ਹੈ? ਮੈਂ ਤਾਂ ਜੀ ਕਿਸੇ ਦੇ ਖਿਲਾਫ਼ ਨਹੀਂ ਬੋਲ, ਮੈਂ ਕਹਿੰਦਾ ਕਿ ਮੈਂ ਕੜੱਤਣ ਵਾਲੀ ਰਾਜਨੀਤੀ ਦਾ ਆਦੀ ਨਹੀਂ, ਮੈਂ ਤਾਂ ਹਾਂ ਪੱਖੀ ਰਾਜਨੀਤੀ ਦਾ ਹਮਾਇਤੀ ਹੈ, ਨਾ ਮੈਂ ਕਿਸੇ 'ਤੇ ਹਮਲਾ ਕਰਦਾ ਹਾਂ। ਮੈਨੂੰ ਤੁਹਾਡੇ ਵਰਗੇ ਕਈ ਪੱਤਰਕਾਰ ਵੀ ਪੁੱਛਦੇ ਹੈ ਕਿ ਵਲਟੋਹਾ ਸਾਹਿਬ ਕਿਹਦੇ ਨਾਲ ਟੱਕਰ ਮਹਿਸੂਸ ਕਰਦੇ? ਮਖਤ ਸੈਂਟਰ ਨਾਲ। ਮੇਰਾ ਤਾਂ ਇੱਕੋ ਹੀ ਆ, ਜਿਹੜਾ ਅਰਜੁਨ ਦੇ ਜਿਹੜਾ ਨਿਸ਼ਾਨਾ ਜਿਹੜਾ ਮੱਛੀ ਦੀ ਆਖਰ ਗਾ, ਉਹੀ ਆ ਕਿ ਸੈਂਟਰ ਦੇ ਸਾਹਮਣੇ ਹਿੱਕ ਤਾਣ ਕੇ ਪੰਜਾਬ ਦੇ ਅਤੇ ਪੰਥ ਦੇ ਹੱਕ ਲੈਣੇ। ਹਾਂਜੀ, ਲੇਕਿਨ ਅੱਜ ਕੱਲ੍ਹ ਮੱਛੀ ਦੀ ਅੱਖ ਤੁਹਾਡੇ ਲਈ ਅੰਮ੍ਰਿਤਪਾਲ ਬਣਿਆ ਹੋਇਆ? ਚਲੋ, ਅੰਮ੍ਰਿਤਪਾਲ ਸਿੰਘ ਇਹ ਚੱਲਦਾ ਰਹਿੰਦਾ। ਚਲੋ, ਆਓ ਬੈਠਦੇ ਹਾਂ, ਫਿਰ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜਾਰੀ ਰੱਖਾਂਗੇ। ਕਿਵੇਂ ਲੱਗ ਰਿਹਾ ਫਿਰ ਟਰੈਕਟਰ 'ਤੇ ਬਹਿ ਕੇ? ਟਰੈਕਟਰ 'ਤੇ ਕੋਈ ਵਿਲੱਖਣ ਗੱਲ ਹੋਈ ਹੋਵੇ ਤਦ ਕਿ ਜ਼ਿੰਦਗੀ 'ਚ ਕਦੇ ਬੈਠੇ ਨਾ ਹੋਈਏ। ਕਿਸਾਨ ਦੇ ਪੁੱਤ ਹੈ ਅਤੇ ਟਰੈਕਟਰ ਸਾਡੀ ਜਿੰਦ ਜਾਨ ਹੈ। ਹਾਂਜੀ, ਅਤੇ ਕਿਸਾਨ ਦੇ ਪਰਿਵਾਰ 'ਚ ਮੈਂ ਹੈ ਅਤੇ ਸਾਰੀ ਜ਼ਿੰਦਗੀ ਜਿਹੜੀ ਕਿਸਾਨ ਦੀ ਹੈ ਉਹ ਟਰੈਕਟਰ ਦੇ ਨਾਲ ਜੁੜੀ ਹੋਈ ਹੈ। ਤੁਸੀਂ ਬੋਰਡਰ ਇਲਾਕੇ ਤੋਂ ਆਉਂਦੇ ਹੋ, ਤੁਸੀਂ ਅੱਜ ਮੈਂ ਸੁਣ ਰਿਹਾ ਸੀ ਤੁਹਾਨੂੰ, ਅਜੇ ਤੱਕ ਲੋਕ ਤੁਹਾਨੂੰ ਵਲਟੋਹਾ ਦੇ ਨਾਮ ਤੋਂ ਜਾਣਦੇ ਸੀਗੇ, ਲੇਕਿਨ ਅੱਜ ਤੁਸੀਂ ਕਿਹਾ ਕਿ ਮੈਂ ਤਾਂ ਲਾਹੌਰੀ ਹਾਂ। ਇਹ
ਚਾਹਵਾਂ ਨੇ ਗਿਆ ਕਿ ਹਰ ਖਿੱਤਾ ਹੁੰਦਾ ਹੈ, ਹਰ ਖਿੱਤੇ ਦੀ ਇੱਕ ਵਿਲੱਖਣ ਪਹਿਚਾਣ ਹੈ। ਜਿਵੇਂ ਮੱਝ ਆਇਆ, ਮਾਲਵਾ ਆਇਆ, ਦੁਆਬਾ ਆ, ਪੁਆਧੀ ਹੈ, ਅਤੇ ਇੱਕ ਉਹ ਲੋਕ ਨੇ ਜਿਹੜੇ ਲਾਹੌਰ ਜ਼ਿਲ੍ਹੇ ਨਾਲ ਸੰਬੰਧਿਤ ਸੀ, ਜਿਹੜੇ ਲਾਹੌਰ ਜ਼ਿਲ੍ਹੇ ਦਾ ਹਿੱਸਾ ਸੀਗੇ। ਸਾਡਾ ਪਿੰਡ ਵੀ ਲਾਹੌਰ ਜ਼ਿਲ੍ਹੇ ਦਾ ਹੀ ਹਿੱਸਾ ਸੀਗਾ, ਤਹਿਸੀਲ ਕਸੂਰ ਸੀ ਜਿਹੜੀ ਪਾਕਿਸਤਾਨ 'ਚ ਰਹਿ ਗਈ। ਅਸੀਂ ਮਤਲਬ ਹੋਇਆ ਵੀ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਅਸੀਂ ਬਚ ਗਏ ਕਿ ਸਾਡਾ ਜਿਹੜਾ ਥਾਣਾ ਵੀ ਸੀਗਾ ਉਹ ਵੀ ਲਾਹੌਰ 'ਚ ਪੈਂਦਾ ਸੀਗਾ, ਤਹਿਸੀਲ ਕਸੂਰ 'ਚ ਪੈਂਦਾ ਸੀਗਾ ਬਲਟੋਹਾ। ਅਤੇ ਇਸ ਕਰਕੇ ਜਿੰਨੇ ਲਾਹੌਰ ਜ਼ਿਲ੍ਹੇ ਦਾ ਹਿੱਸਾ ਸੀਗੇ ਉਹ ਸਾਰੇ ਲਾਹੌਰੀਏ ਬਣ ਗਏ। ਯਾਨੀ ਕਿ ਵਿਰਸਾ ਸਿੰਘ ਬਲਟੋਹਾ ਲਾਹੌਰੀਏ ਨੇ। ਹਾਂਜੀ, ਮੈਂ ਲਾਹੌਰੀਆ ਜਿਹੜਾ ਹੈ ਉਸ ਖਿੱਤੇ ਨਾਲ ਸੰਬੰਧਿਤ ਹੋਣ ਕਰਕੇ, ਔਰ ਆਹ ਵੀ ਜਿਹੜੇ ਪਿੰਡ ਸੀ ਇਹ ਵੀ ਸਾਰੇ ਲਾਹੌਰੀਆਂ ਦੇ। ਆਮ ਕਰਕੇ ਪ੍ਰਚਲਿਤ ਹੁੰਦਾ ਯਾਰ ਲਾਹੌਰੀਆਂ ਦੇ ਪਿੰਡ ਹੈ ਇਹ, ਜਿੱਥੇ ਆਪਾਂ ਇਕੱਠ ਹੁਣ ਹੋਇਆ ਆ, ਇਹ ਮੇਰਾ ਸਵੇਰ ਦਾ ਚੌਥਾ ਇਕੱਠ ਹੈ ਜੀਰੇ ਹਲਕੇ ਦਾ, ਚਾਰੇ ਨੁੱਕਰਾਂ 'ਤੇ ਇਕੱਠ ਕੀਤਾ ਆ, ਔਰ ਬੜੇ ਲਾ ਮਿਸਾਲ ਇਕੱਠ ਹੋਇਆ। ਲੋਕਾਂ ਦਾ ਹੁੰਗਾਰਾ ਦੇਖ ਕੇ ਮੇਰਾ ਵੀ ਖੂਨ ਵਧਿਆ ਆ। ਇੱਕ ਤੁਸੀਂ ਬਲਟੋਹਾ ਸਾਹਿਬ ਬਾਦਲ ਸਾਹਿਬ ਦਾ ਜ਼ਿਕਰ ਕਰ ਰਹੇ ਸੀ, ਤੁਹਾਡੀ ਮੈਂ ਸਪੀਚ ਸੁਣ ਰਿਹਾ ਸੀ, ਤੁਸੀਂ ਇੱਕ ਕਿੱਸਾ ਸੁਣਾਇਆ ਕਿ ਸੁਖਬੀਰ ਬਾਦਲ ਹੋਰੀ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਹਿੰਦੇ ਕਿ ਇਹ ਇੱਦਾਂ ਗੱਲ ਨਹੀਂ ਬਣਨੀ, ਸਰਕਾਰ ਤੋੜਨੀ ਪੈ ਸਕਦੀ ਹੈ, ਮੈਂ ਸਰਕਾਰ ਗਿਰਾ ਦਾਂਗਾ, ਪਿਓ ਪੁੱਤ ਵਾਲੀ ਗੱਲ ਨਹੀਂ ਹੈ। ਉਹ ਕੀ ਮਸਲਾ ਕੀ ਹੋਇਆ ਸੀ, ਕਿਉਂ ਉਸ ਵੇਲੇ ਸੁਖਬੀਰ ਬਾਦਲ ਹੋਰਾਂ ਨੇ ਇਹ ਗੱਲ ਕਹੀ? ਦੇਖੋ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ 1996 ਤੋਂ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਸੀ ਰਾਜਨੀਤਿਕ ਤੌਰ 'ਤੇ, ਠੀਕ ਹੈ। ਅਤੇ ਉਹ ਗੱਠਜੋੜ ਨਿਭਦਾ 2012 ਦੀ ਸਰਕਾਰ ਵੀ ਜਿਹੜਾ ਉਹਦੇ 'ਚ ਵੀ ਟਿਕਟਾਂ ਦੀ ਵੰਡ ਜਿਹੜੀ ਹੈ, ਠੀਕ ਹੈ, 23 ਭਾਰਤੀ ਜਨਤਾ ਪਾਰਟੀ ਅਤੇ ਬਾਕੀ ਅਕਾਲੀ ਦਲ ਲੜਕੇ ਅਤੇ ਵਿਧਾਨ ਸਭਾ ਦੇ ਵਿੱਚ ਆਏ ਸੀਗੇ, ਜਿਹ 'ਚੋਂ 56 MLA ਜਿਹੜੇ ਆ ਉਹ ਅਕਾਲੀ ਦਲ ਦੇ ਚੁਣ ਕੇ ਆਏ ਸੀ, ਠੀਕ ਹੈ। ਅਤੇ ਮੋਟੇ ਜਿਹੇ ਰੂਪ 'ਚ ਕਹਿ ਲਈਏ ਕਿ 3 ਘੱਟ ਸੀਗੇ, ਅਤੇ ਬਾਕੀ ਜਿਹੜੇ ਸੀਗੇ ਉਹ ਭਾਰਤੀ ਜਨਤਾ ਪਾਰਟੀ ਦੇ ਸੀ, ਜਿਨ੍ਹਾਂ ਦੇ ਗੱਠਜੋੜ ਦੇ ਆਸਰੇ ਸਰਕਾਰ ਚੱਲਦੀ ਸੀ। ਹੋਇਆ ਕਿ 2012 'ਚ ਸਰਕਾਰ ਵੀ ਚੱਲਦੀ ਹੈ ਅਤੇ 2014 'ਚ 2.5 ਸਾਲਾਂ ਬਾਅਦ ਦੇਸ਼ ਦੀ ਕੇਂਦਰੀ ਸੱਤਾ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਵਿੱਚ ਆ ਜੀ। ਉਹਦੇ 'ਚ 2-3-4 ਮੀਟਿੰਗਾਂ ਹੋਈਆਂ, ਗੱਲ ਕਿਸੇ ਤਨ ਪਤਨ ਨਹੀਂ ਲੱਗਦੀ, ਠੀਕ ਹੈ। ਚਲੋ, ਇਹ 'ਚ ਕੋਈ ਦਰਾਵਾਂ ਨਹੀਂ, ਅਕਾਲੀ ਦਲ ਭੱਜਦਾ ਵੀ ਨਹੀਂ ਸੀਗਾ, ਕੋਈ ਜਾਇਜ਼ ਜੀ ਗੱਲ ਹੋਵੇ, ਪਰ ਉਹ ਪੈਂਡਿੰਗ ਚੱਲਦਾ ਰਿਹਾ ਵੀ ਨਿਪਰਣ ਨਾ ਚੜਨਾ। ਫਿਰ ਇੱਕ ਮੀਟਿੰਗ ਤੈਅ ਕੀਤੀ ਗਈ ਕਿ ਇਸ ਦਿਨ ਆਪਾਂ ਬੈਠਾਂਗੇ। ਉਸ ਮੀਟਿੰਗ 'ਚ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਇਹਨਾਂ ਦੇ ਜਿਹੜੇ ਪ੍ਰਭਾਰੀ ਹੈ ਉਹਨਾਂ ਨੇ ਵੀ ਸ਼ਾਮਿਲ ਹੋਣਾ ਸੀ। ਬਲਵੀਰ ਪੁੰਜ ਪ੍ਰਭਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਾਮਿਲ ਹੋਣਾ ਸੀ, ਇਹਨਾਂ ਨੇ ਦਿੱਲੀਓਂ ਹੋਣਾ ਸੀ, ਠੀਕ ਹੈ। ਦਿੱਲੀਓਂ ਕਿਸੇ ਕਾਰਨ ਕਰਕੇ ਮੀਟਿੰਗ ਦੇ ਟਾਈਮ ਤੋਂ ਕਾਫੀ ਲੇਟ ਹੋ ਗਈ, ਆਉਂਦਿਆਂ ਨੂੰ ਉਡੀਕ ਕੇ ਮੀਟਿੰਗ ਹੋ ਗਈ। ਮੀਟਿੰਗ ਹੋ ਗਈ ਅਤੇ ਜਦੋਂ ਪਹੁੰਚੇ ਉਦੋਂ ਸਮਾਪਤੀ ਹੋ ਚੁੱਕੀ ਸੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚਲੋ ਸਾਰਿਆਂ ਨੂੰ ਮਿਲ ਮਿਲਾ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਜਦੋਂ ਪੁੱਛਿਆ ਕਿ ਮੀਟਿੰਗ ਹੋ ਗਈ, ਉਹ ਕਹਿੰਦੇ ਜੀ ਹੁਣੇ ਸਮਾਪਤ ਹੋ ਗਈ ਹੈ, ਤੁਹਾਨੂੰ ਉਡੀਕ ਉਡੀਕ ਕੇ ਕੀਤੀ ਹੈ। ਅਤੇ ਫਿਰ ਨਿਬੜਿਆ ਕੀ, ਬਾਦਲ ਸਾਹਿਬ ਜਵਾਬ ਦਿੰਦੇ ਉਹਨਾਂ ਦੀ ਥਾਂ 'ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿੰਦੇ ਸੁਖਬੀਰ ਜੀ ਬਹੁਤ ਵਧੀਆ, ਅਸੀਂ ਖੁਸ਼ ਹੈ। ਸਾਰਾ ਕੁਛ ਤਾਂ ਨਹੀਂ ਪਰ ਜਿੰਨਾ ਮਤਲਬ ਮੀਟਿੰਗ ਦੇ ਵਿੱਚ ਤੈਅ ਹੋ ਗਿਆ ਆ ਅਸੀਂ ਸੈਟਿਸਫਾਈਡ। ਸੁਖਬੀਰ ਜੀ ਨੇ ਪੁੱਛਿਆ ਵੀ ਤੈਅ ਕੀ ਹੋਇਆ, ਜਦੋਂ ਤੈਅ ਵਾਲੀਆਂ ਸ਼ਰਤਾਂ ਜਾਂ ਗੱਲਾਂ ਸੁਣੀਆਂ ਅਤੇ ਸੁਖਬੀਰ ਜੀ ਦਾ ਜਿਹੜਾ
ਜਿਹੜਾ ਰਵੱਈਆ ਸੀ ਉਹ ਬਦਲ ਗਿਆ। ਉਹ ਆਪਾਂ ਕਹਿ ਦਈਏ ਕਿ ਉਹਨਾਂ ਨੇ ਕਹਿਤਾ ਕਿ ਮੈਨੂੰ ਮਨਜ਼ੂਰ ਨਹੀਂ, ਸਾਰੇ ਹੈਰਾਨ ਹੋ ਗਏ। ਇੱਥੋਂ ਤੱਕ ਸੁਖਬੀਰ ਜੀ ਨੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿਤਾ ਕਿ ਬਾਦਲ ਸਾਹਿਬ ਮੈਨੂੰ ਮਨਜ਼ੂਰ ਨਹੀਂ, ਮੈਂ ਪਾਰਟੀ ਦਾ ਪ੍ਰਧਾਨ ਹਾਂ, ਮੈਂ ਇਸ ਫੈਸਲੇ ਨੂੰ ਰੱਦ ਕਰਦਾ ਹਾਂ। ਜੇ ਤੁਸੀਂ ਫਿਰ ਵੀ ਇਸ ਗੱਲ 'ਤੇ ਕਾਇਮ ਰਹਿੰਦੇ ਜੇ ਤਾਂ ਮੈਂ ਤੁਹਾਨੂੰ ਮੁੱਖ ਮੰਤਰੀ ਨਹੀਂ ਮੰਨਦਾ, ਮੈਂ ਆਪਦਾ ਅਸਤੀਫਾ ਦੇ ਦਿੱਤਾ। ਤੁਸੀਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਦਾ ਅਸਤੀਫਾ ਵੀ ਲੈ ਲਾਂਗਾ ਪਾਰਟੀ ਤੋਂ, ਪਾਰਟੀ ਅਸਤੀਫਾ ਮੰਗ ਲਿਆ, ਅਸਤੀਫਾ ਮੰਗ ਲਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਅਸਤੀਫਾ ਸੁਖਬੀਰ ਬਾਦਲ ਨੇ ਮੰਗ ਲਿਆ ਕਿ ਅਸਤੀਫਾ ਦੇ ਦਿਓ, ਮੈਂ ਪ੍ਰਧਾਨ ਹਾਂ, ਮੈਂ ਪ੍ਰਧਾਨ ਹੈ, ਪ੍ਰਧਾਨ ਦੀ ਹੈਸੀਅਤ ਵਿੱਚ ਮੰਗ ਰਿਹਾ ਮੈਂ, ਤਾਂ ਤੁਹਾਨੂੰ ਅਸਤੀਫਾ ਦੇਣਾ ਪਊ, ਨਹੀਂ ਤਾਂ ਮੈਂ ਸਰਕਾਰ ਤੁੜਵਾ ਦੂੰਗਾ। ਤੁਸੀਂ ਇਹ ਵੀ ਕਿਹਾ ਕਿ ਉਹ ਕਹਿੰਦੇ ਕਿ ਪਿਤਾ ਬੇਟੇ ਵਾਲੀ ਗੱਲ ਬਾਅਦ ਵਿੱਚ, ਪਾਰਟੀ ਦੀ ਗੱਲ ਕੀ ਗੱਲ ਕਹੀ ਸੀ ਉਹਨਾਂ? ਕਿਹਾ ਜੀ ਇੱਥੇ ਬਾਪ ਅਤੇ ਬੇਟੇ ਦਾ ਰਿਸ਼ਤਾ ਨਹੀਂ, ਇੱਥੇ ਮੈਂ ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਤਾਕੀਦ ਕਰਦਾ। ਸ਼ਬਦ ਕੋਈ ਵੀ ਹੋ ਸਕਦਾ, ਤਾਕੀਦ ਦੀ ਥਾਂ 'ਤੇ ਕੁਛ ਵੀ ਵਰਤਿਆ ਜਾ ਸਕਦਾ ਆ। ਮੈਂ ਉਸ ਹੈਸੀਅਤ 'ਚ ਤੁਹਾਨੂੰ ਕਹਿੰਦਾ ਕਿ ਤੁਸੀਂ ਅਸਤੀਫਾ ਦੇ ਦਿਓ, ਹਾਂਜੀ ਲਿਆਓ ਅਸਤੀਫਾ ਦੇ। ਉਹ ਫਿਰ ਹੋਇਆ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਵੇਖਿਆ ਵੀ ਅਸੀਂ ਇਹ ਕੀ ਬਣ ਗਿਆ। ਉਹ ਸੁਖਬੀਰ ਜੀ ਨੂੰ ਕਹਿੰਦੇ ਸੁਖਬੀਰ ਜੀ ਹੋਇਆ ਕੀ ਆ? ਉਹ ਕਹਿੰਦਾ ਜੀ ਹੋਇਆ ਕੁਛ ਨਹੀਂ, ਤੁਸੀਂ ਕੁਝ ਹੈ ਨਾ, ਤੁਸੀਂ ਇਹੀ ਚਾਹੁੰਦੇ ਦਾਵਾ ਮਾਰਦੇ ਨੇ ਵੀ ਸਰਕਾਰ ਤੋੜ ਦਾਂਗੇ, ਤੋੜੋ ਜਾਓ ਤੁਸੀਂ। ਹਾਂਜੀ ਜੇ ਬਾਦਲ ਸਾਹਿਬ ਇਸ ਗੱਲ 'ਤੇ ਜਿਹੜੀਆਂ ਤੁਸੀਂ ਕਹਿੰਦੇ ਗੱਲਾਂ ਮੰਨੀਆਂ ਅਤੇ ਕਾਇਮ ਰਹਿੰਦੇ ਆ, ਮੈਨੂੰ ਨਹੀਂ ਮਨਜ਼ੂਰ, ਮੈਂ ਸਰਕਾਰ ਤੋੜ ਨਹੀਂ ਸਵੀਕਾਰ ਕਰਦਾ। ਕੀ ਉਹਨਾਂ ਨੇ ਡਿਪਟੀ ਸੀਐਮ ਦੀ ਗੱਲ ਮੰਨ ਲਈ ਸੀ? ਨਹੀਂ, ਡਿਪਟੀ ਸੀਐਮ ਦੀ ਗੱਲ ਮੰਨ ਲਈ ਸੀ, ਮਨਜਨ ਗਾਲੀਆ ਦੀ ਗੱਲ ਮੰਨ ਲਈ ਸੀ, ਉਹ ਸੁਖਬੀਰ ਬਾਦਲ ਨੂੰ ਮਨਜ਼ੂਰ ਨਹੀਂ ਸੀ? ਨਹੀਂ, ਕੱਲੀ ਡਿਪਟੀ ਸੀਐਮ ਵਾਲੀ ਨਹੀਂ, ਹੋਰ ਵੀ ਬੜਾ ਕੁਛ ਸੀਗਾ ਜਿਹੜਾ ਕਿ ਨਜਾਇਜ਼। ਇਹ ਨਹੀਂ ਮੈਂ ਦੋ ਤਿੰਨ ਗੱਲਾਂ ਦੱਸ ਸਕੋ, ਡਿਪਟੀ ਸੀਐਮ ਤੁਸੀਂ ਦੱਸ ਦਿਓ, ਦੋ ਗੱਲਾਂ ਹੋਰ ਦੱਸ ਦਿਓ ਜਿਹੜੀ ਮੈਂ ਕਈ ਗੱਲਾਂ ਹੈ ਜੀ। ਮੈਂ ਯਾਦ ਨਹੀਂ ਸੁਖਬੀਰ ਬਾਦਲ ਖੁਦ ਡਿਪਟੀ ਸੀਐਮ ਬਣਨਾ ਚਾਹੁੰਦੇ ਸੀ, ਜਿਹੜੇ ਬਣ ਵੀ ਗਏ, ਇਸ ਵਜ੍ਹਾ ਕਰਕੇ ਉਹਨਾਂ ਨੇ ਕਿਹਾ ਨਹੀਂ। ਦੇਖੋ ਡਿਪਟੀ ਸੀਐਮ ਬਣਾਉਣਾ ਸੀ ਜਾਂ ਨਹੀਂ ਬਣਾਉਣਾ ਸੀ, ਉਸ ਤੋਂ ਇਲਾਵਾ ਵੀ ਬੜਾ ਕੁਛ ਸੀਗਾ ਜਿਹੜਾ ਪਾਰਟੀ ਨੂੰ ਜਿਹੜਾ ਆ ਉਹ ਦਬਾਅ ਦੇ ਤਹਿਤ ਕਰਵਾਇਆ ਜਾ। ਲੇਕਿਨ ਬਾਦਲ ਸਾਹਿਬ ਦਾ ਅੱਗੋਂ ਕੀ ਕਹਿਣਾ ਸੀ? ਫਿਰ ਉਹ ਮੰਨ ਗਏ, ਝੁੱਕ ਗਏ ਪ੍ਰਧਾਨ ਦੇ ਅੱਗੇ। ਸੁਖਬੀਰ ਜੀ ਫਿਰ ਕਿਹੜੀ ਗੱਲ ਹੋਈ ਆ? ਕੋਈ ਗੱਲ ਨਹੀਂ, ਆਪਾਂ ਫਿਰ ਮੀਟਿੰਗ ਕਰ ਲਾਂਗੇ। ਉਹਨੇ ਕੋਈ ਮੀਟਿੰਗ ਨਹੀਂ, ਤੁਸੀਂ ਸਰਕਾਰ ਤੋੜੋ ਜਾਓ। ਫਿਰ ਬਾਦਲ ਸਾਹਿਬ ਨੂੰ ਗੱਲ ਮੰਨੀ ਪਈ, ਝੁਕਣਾ ਪਿਆ ਸੁਖਬੀਰ ਬਾਦਲ ਦੇ ਅੱਗੇ, ਡਿਪਟੀ ਸੀਐਮ ਵੀ ਬਣਾਉਣਾ ਪਿਆ। ਸੁਖਬੀਰ ਜੀ ਨੇ ਕੀ ਕੀਤਾ, ਤਿੰਨ ਕਾਂਗਰਸੀ MLA ਦੇ ਜਿਹ 'ਚ ਧੂਰੀ, ਤਲਵੰਡੀ ਸਾਬੋ ਅਤੇ ਮੋਗਾ, ਉਹਨਾਂ ਦੇ ਅਸਤੀਫੇ ਦਵਾਏ, ਅਕਾਲੀ ਦਲ ਦੀ ਟਿਕਟ 'ਤੇ ਖੜੇ ਕੀਤੇ, ਉੱਥੋਂ ਤਿੰਨ ਅਕਾਲੀ ਉਮੀਦਵਾਰ ਜਿਤਾ ਕੇ ਲਿਆਣ ਕੇ 69 ਪੂਰੇ ਕੀਤੇ ਅਤੇ ਸਰਕਾਰ 'ਚ ਲਏ। ਇਹ ਤਰ੍ਹਾਂ ਦਾ ਸੁਖਬੀਰ ਸਿੰਘ ਬਾਦਲ। ਅੱਛਾ, ਦੂਜੀ ਗੱਲ, ਇੱਕ ਅੱਜ ਬੜੀ ਸੁਰਖੀਆਂ ਦੇ ਵਿੱਚ ਹਰਨਾਮ ਸਿੰਘ ਧੂਮਾ ਹੋਰੀ ਕਹਿ ਰਹੇ ਨੇ, ਕਹਿੰਦੇ 5-5 ਬੱਚੇ ਪੈਦਾ ਕਰੋ, ਇਸ ਵੇਲੇ ਜੇ 5-5 ਬੱਚੇ ਨਾ ਪੈਦਾ ਕੀਤੇ ਤਾਂ ਫਿਰ ਪੰਜਾਬ ਨੂੰ ਸੰਭਾਲਣ ਲਈ ਪ੍ਰਵਾਸੀ ਆ ਜਾਣਗੇ, ਇਸ ਵੇਲੇ 50% ਪ੍ਰਵਾਸੀ ਆ ਗਏ ਨੇ, ਤੁਸੀਂ ਧੂਮਾ ਹੋਰਾਂ ਦੇ ਇਸ ਬਿਆਨ ਨਾਲ ਸਹਿਮਤ ਹੋ? ਨਹੀਂ, ਇਹ ਦੇਖੋ ਇਹ ਤਾਂ ਕੁਦਰਤ ਦੀ ਦੇਣ, ਕਈ ਕਿਸੇ ਨੂੰ ਵੀ ਤਰਸਦੇ ਆ ਅਤੇ ਕਈਆਂ ਦੇ ਧੀਆਂ ਅਤੇ ਪੁੱਤਰ ਪਾ ਕੇ ਪਤਨੀ ਕਿੰਨੇ ਕਿੰਨੇ ਬਣ ਜਾਂਦੇ ਆ। ਨਹੀਂ, ਉਹਨਾਂ ਨੇ ਇਸ ਸੰਦਰਭ ਨਾਲ ਕਿਹਾ ਕਿ ਪੰਜਾਬ ਖਾਲੀ ਹੋ ਰਿਹਾ, ਪੰਜਾਬ ਤਾਂ ਪ੍ਰਵਾਸ ਹੋ ਰਿਹਾ ਲੇਕਿਨ ਪ੍ਰਵਾਸੀ ਜਿਹੜੇ ਨੇ ਇੱਥੇ ਆ ਰਹੇ ਨੇ, ਤੁਸੀਂ ਇਸ ਗੱਲ ਨੂੰ, ਇਸ ਬਿਆਨ ਨੂੰ, ਕਿਉਂਕਿ ਬੜੇ ਅਹਿਮ ਬਿਆਨ ਹੈ ਇਹ, ਗੱਲ ਪਹਿਲਾਂ ਜਥੇਦਾਰ ਸਾਹਿਬ ਵੀ ਕਹਿ ਚੁੱਕੇ ਨੇ, ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ, ਇਸ ਨੂੰ ਪੂਰਾ ਘੰਗੋਲਿਆ ਜਾਵੇ? ਪੰਕਜ, ਜਿੱਥੋਂ ਤੱਕ ਪੰਜਾਬ ਦੀ ਧਰਤੀ ਦੀ ਗੱਲ ਹੈ, ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਿਹਨੇ ਪੰਜਾਬ ਨੂੰ ਸੰਭਾਲਣਾ ਹੈ, ਉਹ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ 'ਚ ਜਾਓ, ਚਿੰਤਾ ਦਾ ਵਿਸ਼ਾ ਤਾਂ ਹੈਗਾ ਹੀ ਹੈਗਾ। ਪਰ ਜਿਹੜੀ ਦੂਸਰੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ 5-5 ਪੈਦਾ ਵੀ ਹੋ ਜਾਣਗੇ ਅਤੇ ਉਹਨਾਂ ਦਾ ਕਿਹੜਾ ਆਪਾਂ ਪ੍ਰਮੋਟ ਕਰ ਲੈ ਕੇ ਉੱਥੇ ਹੀ ਰਹਿਣਗੇ? ਕੁਲਬੀਰ ਜੀਰਾ ਨੇ ਹਿਮਾਇਤ ਕੀਤੀ ਇਸ ਬਿਆਨ, ਕਹਿੰਦੇ ਕਿ ਬਿਲਕੁਲ ਠੀਕ ਕਹਿ ਰਹੇ ਤੋਂ, ਮਤਲਬ ਮੈਂ ਇਸ ਗੱਲ ਤੋਂ ਨਹੀਂ ਮੁੱਕਰਦਾ,
ਕਿ ਸਾਡੀ ਜਿਹੜੀ ਆਬਾਦੀ ਘੱਟ ਰਹੀ ਹੈ, ਆਬਾਦੀ ਸਾਡੀ ਵਧਣੀ ਚਾਹੀਦੀ ਹੈ, ਚਿੰਤਾ ਦਾ ਵਿਸ਼ਾ ਹੈ। ਆਬਾਦੀ ਵੀ ਵਧਣੀ ਚਾਹੀਦੀ ਹੈ ਪਰ ਕੌਮ ਨੂੰ ਵੀ ਇਕਜੁੱਟ ਹੋਣਾ ਚਾਹੀਦਾ ਹੈ। ਕੌਮ ਦੇ ਵਿੱਚ ਲਾਂਛਨਬਾਜ਼ੀ, ਧੂਮਤਬਾਜ਼ੀ, ਹਾਂਜੀ, ਜਿਹੜੀ ਉਹ ਆ ਉਹ ਖਤਰਨਾਕ ਹੈ। ਉਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਅਤੇ ਇਹ 'ਚ ਕੋਈ ਦਰਾਮਾ ਨਹੀਂ ਗਿਆ ਕਿ ਜਿਹੜੀ ਸਾਡੀ ਗਿਣਤੀ ਹੈ, ਜਿਹੜੀ ਕਿ ਅਸੀਂ ਦੋ ਜੀ ਨੇ, ਹਸਬੈਂਡ ਵਾਈਫ ਨੇ, ਪਤੀ ਪਤਨੀ ਨੇ, ਅਤੇ ਗਾਂ ਬੱਚਾ ਇੱਕ ਹੈ, ਉਹਦੇ ਨਾਲ ਜਿਹੜਾ ਆ ਸਾਡੀ ਵਸੋਂ ਦਾ ਤਵਾਜਨ ਗਵਾਚ ਗਿਆ ਆ। ਦੁਨੀਆ ਭਰ ਦੇ ਵਿੱਚ ਪੱਗ ਨੇ ਜਿਹੜਾ ਨਾਮ ਬਣਾਇਆ, ਉਹ ਹਿੰਦੁਸਤਾਨ ਦਾ ਬੜਾ ਸੋਹਣਾ ਨਾਮ ਬਣਾਇਆ ਵਾ। ਪੂਰਾ ਹਿੰਦੁਸਤਾਨ ਮਾਣ, ਫਕਰ ਔਰ ਆਪਣੇ ਆਪ ਨੂੰ ਸੇਫ ਫੀਲ ਕਰਦਾ ਹੈ ਜਦੋਂ ਕਿਸੇ ਸਿੱਖ ਨੂੰ ਦੇਖ ਲੈਂਦਾ। ਫਿਰ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਮੁਸਲਮਾਨ ਇਸ ਵੇਲੇ ਜਿਸ ਹਾਲਤ 'ਚ ਨੇ, ਸਿੱਖ ਵੀ ਉਸ ਹਾਲਤ 'ਚ ਹੋ ਜਾਣਗੇ? ਅੱਜ ਪੰਜਾਬ ਜਿਸ ਕਗਾਰ 'ਤੇ ਖੜੋਤਾ ਜਾਂ ਜਿੱਥੇ ਪਹੁੰਚਿਆ ਆ, ਜੇ ਅੱਜ ਸਾਡੇ ਇੰਡਸਟਰੀ ਘਟੀ ਹੈ ਜਾਂ ਜਿਸ ਪੱਧਰ 'ਤੇ ਪੰਜਾਬ ਖੁਸ਼ਹਾਲ ਹੁੰਦਾ ਸੀਗਾ, ਅੱਜ ਰੋਟੀ ਅਸੀਂ ਚੰਗੀ ਖਾਂਦੇ ਹਾਂ, ਅੱਜ ਸਾਡਾ ਰਹਿਣ ਸਹਿਣ ਜ਼ਰੂਰ ਵਧੀਆ ਹੋ ਗਿਆ ਆ, ਪਰ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਸੀਗੀਆਂ ਉਹ ਸਾਡੇ 'ਚ ਘਾਟ ਆਈ। ਮੈਂ ਆਪਾਂ ਗੱਲਬਾਤ ਜਿਹੜੀ ਹੈ ਥੱਲੇ ਉਤਰ ਕੇ ਕਰਾਂਗੇ ਔਰ ਗੱਲਬਾਤ ਦਾ ਸਿਲਸਿਲਾ ਜਿਹੜਾ ਆਪਣਾ ਜਾਰੀ ਰਹੇਗਾ। ਮੈਂ ਆਪਣਾ ਪੱਖ ਰੱਖਣਾ ਚਾਹੁੰਦਾ। ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਮੈਂ ਆਪਣਾ ਪੱਖ ਰੱਖਦਾ ਹਾਂ ਕਿ ਭਾਈ ਤੁਸੀਂ ਆਪਣਾ ਮੈਂਬਰ ਪਾਰਲੀਮੈਂਟ ਚੁਣਨਾ ਹੈ, ਜੇ ਤੁਹਾਨੂੰ ਮੇਰੀ ਕਰਤੂਤ ਚੰਗੀ ਲੱਗਦੀ ਹੈ, ਮੈਂ ਕਰਤੂਤ ਸ਼ਬਦ ਹੀ ਵਰਤਾਂ ਹਰ ਥਾਂ 'ਤੇ, ਜੇ ਮੇਰੀ ਤੁਹਾਨੂੰ ਕਾਰਗੁਜ਼ਾਰੀ ਚੰਗੀ ਲੱਗਦੀ ਹੈ, ਜੇ ਮੇਰਾ ਕੰਮ ਕਰਨ ਦਾ ਤਰੀਕਾ ਤੁਹਾਨੂੰ ਚੰਗਾ ਲੱਗਦਾ ਹੈ, ਮੇਰੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਬੇਟ ਹੈ, ਕੋਈ ਮਸਲਾ ਆ, ਉਹਨੂੰ ਲੈ ਕੇ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਹੈ, ਮੇਰਾ ਵੇ ਆਫ ਸਪੀਕਿੰਗ ਜਿਹੜਾ ਕਹਿ ਲਈਏ ਕਿ ਬੋਲਣ ਦਾ ਲਹਿਜਾ ਜਿਹੜਾ ਆ, ਅਤੇ ਜਿਸ ਜਜ਼ਬੇ ਦੇ ਨਾਲ ਮੈਂ ਗੱਲ ਕਰਦਾ, ਜੇ ਤੁਹਾਨੂੰ ਉਹ ਪ੍ਰਵਾਨ ਹੈ, ਹਾਂਜੀ, ਮੈਂ ਤੁਹਾਡੇ ਪੈਮਾਨੇ 'ਤੇ ਪੂਰਾ ਉਤਰਦਾ ਅਤੇ ਮੈਨੂੰ ਵੋਟ ਪਾ ਦਿਆ ਜੀ। ਜੇ ਮੈਂ ਤੁਹਾਡੇ ਪੈਮਾਨੇ 'ਤੇ ਖਰਾ ਨਹੀਂ ਉਤਰਦਾ ਤਾਂ ਮੈਂ ਤੁਹਾਡੀ ਦੀ ਵੋਟ ਦਾ ਅਧਿਕਾਰ ਨਹੀਂ ਰੱਖਦਾ। ਲੇਕਿਨ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਉਹਨੂੰ ਵੀ ਪਹਿਚਾਨੋ ਜਿਹੜਾ ਪਲੈਟੀਨਾ 'ਤੇ ਭੱਜ ਗਿਆ ਸੀ, ਉਹਨੂੰ ਵੀ ਪਹਿਚਾਨੋ ਜਿਹੜਾ ਰੇਹੜੀ 'ਤੇ ਤਸਵੀਰਾਂ ਦੇਖੀਆਂ ਨੇ। ਇਸ ਚੀਜ਼ ਦਾ ਤੁਸੀਂ ਜ਼ਿਕਰ ਕਰਕੇ ਸਿੱਧਾ ਅੰਮ੍ਰਿਤਪਾਲ ਦੇ ਉੱਤੇ ਅਟੈਕ ਕਰ ਰਹੇ ਹੋ, ਤੁਹਾਡੇ ਮੈਂ ਲਗਾਤਾਰ ਸਪੀਚ ਸੁਣੀ ਹੈ, ਇਸ ਦੇ ਪਿੱਛੇ ਕਿਉਂ? ਅੰਮ੍ਰਿਤਪਾਲ ਬਲਟੋਹਾ ਦੇ ਸਾਹਮਣੇ ਏਡਾ ਵੱਡਾ ਥ੍ਰੈਟ ਕਿਉਂ ਬਣਿਆ ਹੋਇਆ? ਕਦੀ ਤੁਸੀਂ ਓਪਨ ਚੈਲੰਜ ਕਰਦੇ ਹੋ ਮੇਰੇ ਨਾਲ ਆ ਕੇ ਬਹਿਸੋ, ਮੇਰੇ ਨਾਲ ਡਿਬੇਟ ਕਰੋ? ਮੈਂ ਜਿਹੜੀ ਗੱਲ ਕਰ ਰਿਹਾ, ਜੇ ਮੈਂ ਸਵਾਲ ਕਰ ਰਿਹਾ, ਸਵਾਲ ਵੀ ਨਹੀਂ ਕਰ ਰਿਹਾ, ਮੈਂ ਤਾਂ ਬੇਨਤੀ ਕਰ ਰਿਹਾ ਕਿ ਅੱਜ ਆਪਾਂ ਸਾਰਿਆਂ ਨੇ ਤਾਰਾ ਕਰ ਲਈਏ। ਹਾਂਜੀ, ਮੈਂ ਨਹੀਂ ਕਹਿੰਦਾ ਕਿ ਮੈਂ ਕਈ ਪਰਿਵਾਰ ਜਾਂ ਕਈ ਸ਼ਖਸੀਅਤਾਂ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਉਹਨਾਂ ਦੇ ਸਾਹਮਣੇ ਮੇਰੀ ਤਾਂ ਕੰਟਰੀਬਿਊਸ਼ਨ ਪਾਸਕੂ ਹੈ। ਪਾਸਕੂ ਸਮਝਦੇ ਜਾਣਾ, ਪੰਜਾਬੀ ਦਾ ਸ਼ਬਦ ਹੈ, ਫਾਰਸੀ ਦਾ ਸ਼ਬਦ, ਮਤਲਬ ਪੰਜਾਬੀ 'ਚ ਉਹ ਪ੍ਰਮਾਣਿਤ ਹੋ ਚੁੱਕਾ ਆ ਕਿ ਬਹੁਤ ਘੱਟ ਹੈ। ਹਾਂਜੀ, ਅਜੇ ਕਿ ਮੈਂ 9.5 ਸਾਲ ਜੇਲ੍ਹ ਕੱਟੀ ਹੈ, 3 ਸਾਲ ਮੈਂ NSA ਦੇ ਕੱਟੇ ਹੈ, ਬ੍ਰਦਰ ਮੇਰੇ ਨੇ 3 ਸਾਲ NSA ਕੱਟੀ ਹੈ, 17 ਸਾਲ ਦੀ ਉਮਰ 'ਚ ਉੱਤੇ NSA ਲੱਗੀ, ਮੇਰੇ 'ਤੇ 21 ਸਾਲ ਦੀ 'ਚ ਲੱਗੀ, 7.5 ਸਾਲ ਉਹਨੇ ਕੱਟੀ ਹੈ, ਸਾਰੇ ਟੱਬਰ ਨੇ ਕੁੱਟ ਖਾਧੀ ਹੈ, ਪਰ ਇੱਥੇ ਤਾਂ ਬੜੇ ਬੜੇ ਬੈਠੇ 23-23 ਜੀ ਜਿਹੜੇ ਲੇਖੇ ਲੱਗੇ ਹੈ। ਹਾਂਜੀ, ਮੈਂ ਉਹਨਾਂ ਨੂੰ ਕਿਵੇਂ ਕਹਿੰਦਾ ਕਿ ਮੈਂ ਉਹਨਾਂ ਦੇ ਬਰਾਬਰ 'ਤੇ ਹਾਂ? ਪਰ ਜਿਹੜੀ ਫਿਰ ਵੀ ਗੱਲ ਜਿਹੜੀ ਹੈ, ਮੈਂ ਕਹਿੰਦਾ ਕਿ ਪੰਕਜ ਕਦੇ ਨਿਗਾਹ ਮਾਰ ਕੇ ਦੇਖਿਆ ਜੀ ਉਹਨਾਂ ਦੇ ਪਰਿਵਾਰਾਂ ਵਾਲਾ, ਜਿਹੜੇ 34-34 ਸਾਲ ਤੋਂ ਜੇਲ੍ਹ 'ਚ ਬੈਠੇ? ਤੁਸੀਂ ਜਿਹੜਾ ਓਪਨ ਚੈਲੰਜ ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਅਸੈਪਟ ਕੀਤਾ, ਕਹਿੰਦੇ ਕੁਛ ਲੋਕ
ਤੁਹਾਨੂੰ ਡਿਬੇਟ ਲਈ ਕਹਿ ਰਹੇ ਕਿ ਆ ਜਾਓ, ਤੁਸੀਂ ਉਹਨਾਂ ਨੂੰ ਮਨਾ ਕਰ ਰਹੇ ਹੋ ਕਿ ਤੁਹਾਡੇ ਨਾਲ ਨਹੀਂ, ਇਹਦੇ ਪੇਰੈਂਟਸ ਜਾਂ ਇਹਨਾਂ ਦੇ ਜਿਹੜੇ ਉਹ ਨੇ ਉਹਨਾਂ ਨੂੰ ਭੇਜੋ? ਨਹੀਂ, ਮੈਂ ਤਾਂ ਪਹਿਲੀ ਗੱਲ ਚੈਲੰਜ ਨਹੀਂ ਕੀਤਾ, ਮੈਂ ਤਾਂ ਬੇਨਤੀ ਰੂਪੀ ਸੱਦਾ ਦਿੱਤਾ ਓਪਨ ਡਿਬੇਟ ਨੂੰ ਬੁਲਾਣਾ, ਉਹਨੂੰ ਭਾਵੇਂ ਚੈਲੰਜ ਕਹਿ ਲਓ, ਨਿਵੇਦਨ ਕਹਿ ਲਓ, ਭਾਸ਼ਾ ਚ ਦੇਖੋ ਇਹ ਤਾਂ ਤੁਸੀਂ ਕਿਵੇਂ ਜੇ ਕਿਸੇ ਨੂੰ ਓਪਨ ਡਿਬੇਟ ਚ ਬੁਲਾ ਰਹੇ ਹੋ, ਨਿਵੇਦਨ ਕਰਕੇ ਬੁਲਾ ਰਹੇ ਹੋ ਜਾਂ ਚੈਲੰਜ ਕਰਕੇ ਬੁਲਾ ਰਹੇ ਹੋ? ਇਨਵੀਟੇਸ਼ਨ ਹੁੰਦਾ, ਸੱਦਾ ਹੈ, ਚਲੋ ਨਿਮੰਤਰਣ ਸ਼ਬਦ ਵਰਤ ਰਹੇ ਨੇ, ਅਪੀਲ ਹੈ, ਸੱਦਾ ਦੇ ਦਿੰਦੇ, ਮੇਰੀ ਤੇ ਅਪੀਲ ਹੈ ਇਨਵੀਟੇਸ਼ਨ ਦੀ ਕਿ ਆਓ ਯਾਰ, ਆਪਾਂ ਕਹਿਸ ਕਹਿਸ ਜੀ ਖਤਮ ਕਰੀਏ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹੜਾ ਊਣਾ ਹੈ ਤੇ ਕਿਹੜਾ ਪੂਰਾ ਹੈ। ਠੀਕ ਹੈ, ਜੇ ਮੇਰੇ ਚ ਕਸਰ ਹੋਊਗੀ, ਹਾਂਜੀ, ਮੇਰੇ ਸੱਚ ਪੱਲੇ ਨਹੀਂ ਹੋਊਗਾ ਤਾਂ ਤੁਸੀਂ ਸਾਬਤ ਕਰ ਦਿਓ, ਮੈਂ ਮੈਦਾਨ ਛੱਡ ਕੇ ਪਾਸੇ ਹੋ ਜਾਊਂ, ਭਾਵੇਂ ਮੈਨੂੰ ਸਾਰੀ ਪਾਰਟੀ ਵੀ ਕਹਿੰਦੀ ਰਹੇ। ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਅੰਮ੍ਰਿਤਪਾਲ ਦੇ ਪਿੱਛੇ ਆਰਐਸਐਸ? ਤੁਸੀਂ ਕਹਿ ਰਹੇ ਹੋ ਕਿ ਆਰਐਸਐਸ ਦਾ ਵਕੀਲ ਮਿਲਦਾ, ਉਸ ਤੋਂ ਬਾਅਦ ਫੈਸਲਾ ਹੋ ਜਾਂਦਾ ਇਲੈਕਸ਼ਨ ਲੜਨ ਦਾ, ਉਸ ਤੋਂ ਪਹਿਲਾਂ ਕੋਈ ਫੈਸਲਾ ਹੀ ਨਹੀਂ ਸੀ ਇਲੈਕਸ਼ਨ ਲੜਨ ਦਾ, ਮੈਂ ਸਮਰਥਨ ਮੰਗਣ ਵੀ ਗਿਆ ਸੀਗਾ, ਸਾਰੀ ਗੱਲਬਾਤ ਹੋਈ ਸੀ, ਫਿਰ ਇਹ ਕਿਵੇਂ ਤੇ ਕਿੱਥੇ ਤੇ ਕਿੱਦਾਂ? ਉਹ ਕਹਿ ਰਹੇ ਕਿ ਅਸੀਂ ਪਹਿਲਾਂ ਅਨਾਊਂਸ ਕਰਤਾ ਸੀ, ਬਲਟੋ ਹੋਣਾ ਵੀ ਬਾਅਦ ਵਿੱਚ ਅਨਾਊਂਸ ਹੋਏ। ਤੁਸੀਂ ਆਪ ਹੀ ਸਵਾਲ ਕਰਕੇ ਆਪ ਹੀ ਜਵਾਬ ਦਿੱਤਾ, ਪਰ ਫਿਰ ਵੀ ਤੁਸੀਂ ਸਵਾਲ ਜੇ ਨੂੰ ਸਵਾਲ ਹੀ ਰੱਖਿਆ। ਮੇਰਾ ਸਵਾਲ ਕਿਸੇ ਨੂੰ ਵੀ ਆਰਐਸਐਸ ਦਾ ਨਹੀਂ ਕਹਿੰਦਾ, ਮੈਂ ਨਾ ਪੰਥ ਕਿਹੜੇ ਖੂਹ ਚ ਜਾਊ ਕਿ ਇੱਕ ਵਿਅਕਤੀ ਆ ਜਿਹਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਆ ਕਿ ਪੰਥ ਹੀ ਉਹ ਬਚਾ ਸਕਦਾ ਹੈ, ਤੇ ਜਿਹੜੀ ਪੰਥ ਦੀ ਵਿਰੋਧੀ ਜਥੇਬੰਦੀ ਜਿਹਦੇ ਬਾਰੇ ਸਿੱਖਾਂ ਚ ਪ੍ਰਭਾਵ ਹੈ ਕਿ ਆਰਐਸਐਸ ਸਾਡੀ ਵਿਰੋਧੀ ਹੈ, ਆਮ ਹੀ ਹੈ, ਜਨਲੀ ਹੈ, ਉਹਦਾ ਇੱਕ ਆਗੂ ਜਿਹੜਾ ਆ ਉਹ ਜਾ ਕੇ ਮੁਲਾਕਾਤ ਕਰਦਾ ਕੱਲਿਆਂ, ਉਹਨੂੰ ਤਾਂ ਕਿ ਕਹਿੰਦੇ ਆ ਕਿ ਸਾਡਾ ਇਲੈਕਸ਼ਨ ਦਾ ਕੋਈ ਏਜੰਡਾ ਨਹੀਂ। ਮੈਂ ਗੱਲ ਕਰਦਾ ਤੇ ਮੈਨੂੰ ਕਹਿੰਦੇ ਆ ਜੀ ਵੀ ਸਾਡਾ ਫੈਸਲਾ ਹੋ ਗਿਆ, ਜੇ ਤੁਸੀਂ ਲੜੋਗੇ ਤੇ ਤੁਹਾਡੀ ਮਦਦ ਕਰਾਂਗੇ, ਜੇ ਕੋਈ ਹੋਰ ਆ ਗਿਆ ਤੁਸੀਂ ਫਿਰ ਦੇਖਾਂਗੇ। ਮੈਂ ਕਿਹਾ ਠੀਕ ਹੈ, ਤੇ ਯਕਦਮ ਜਦੋਂ ਮੈਨੂੰ ਪਤਾ ਲੱਗਦਾ ਕਿ ਉਹ ਆਰਐਸਐਸ ਦਾ ਆਗੂ ਜਿਹੜਾ ਮਾਲਵੇ ਜੋਨ ਦਾ ਪ੍ਰਧਾਨ ਹੈ ਉਹ ਜਾ ਕੇ ਮਿਲਦਾ ਆ, ਪਹਿਲੀ ਤਾਂ ਗੱਲ ਕਿ ਆਰਐਸਐਸ ਨਾਲ ਸੰਬੰਧਿਤ ਬੰਦੇ ਨੂੰ ਵਕੀਲ ਕਿਉਂ ਕੀਤਾ? ਜੇ ਵਕੀਲ ਦੀ ਗੱਲ ਕਰ ਲਈਏ, ਅਸੀਂ ਤਾਂ ਇੱਥੇ ਵੇਖ ਕੇ ਵਕੀਲ ਕਰਦੇ ਹਾਂ, ਹਾਂਜੀ, ਮਤਲਬ ਜਿਹਦਾ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਗੱਲ ਹੋਵੇ ਉਹ ਮਾੜਾ ਮੋਟਾ ਉਹਨੂੰ ਦੇਖ ਕੇ ਕਰਦੇ ਹਾਂ, ਤੁਸੀਂ ਆਰਐਸਐਸ ਨਾਲ ਸੰਬੰਧਿਤ ਵਕੀਲ ਕਿਉਂ ਕਰਦੇ ਜੀ? ਠੀਕ ਹੈ, ਫਿਰ ਉਹ ਆਰਐਸਐਸ ਨਾਲ ਸੰਬੰਧਿਤ ਵਕੀਲ ਤੁਹਾਡੇ ਨਾਲ ਮੁਲਾਕਾਤ ਕਰਕੇ ਆਣ ਕੇ ਬਾਹਰ ਇਕੱਲਾ ਹੀ ਮੀਡੀਆ ਨੂੰ ਕਹਿੰਦਾ ਜੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਗੇ। ਪੰਥ ਕਿੱਥੇ ਜਾਵੇ? ਕਿੱਥੇ ਲਿਖਿਆ ਹੈ ਕਿ ਬੰਦਾ ਕੋਈ ਜੇਲ੍ਹ ਦੇ ਅੰਦਰੋਂ ਇਲੈਕਸ਼ਨ ਲੜਦਾ ਆ, ਜੇ ਉਹ ਜਿੱਤ ਜਾਂਦਾ ਆ ਹਾਂਜੀ ਤੇ ਉਹ ਰਿਹਾ ਹੋ ਜਾਂਦਾ ਆ? ਨਹੀਂ, ਹੁਣ ਤਾਂ ਇਹ ਵੀ ਕਿਹਾ ਕਿ ਕੋਰਟ ਦੇ ਅੰਦਰ ਹੀ ਉਹਨੂੰ ਨਾਮਜ਼ਦਗੀ ਭਰਨੀ ਹੋਏਗੀ, ਬਾਹਰ ਨਹੀਂ ਆਉਣੀ। 7 ਦਿਨ ਦੀ ਮੰਗ ਕੀਤੀ ਸੀ ਕਿ 7 ਦਿਨ ਮੈਂ ਬਾਹਰ ਆ ਕੇ ਨਾਮਜ਼ਦਗੀ ਭਰ ਸਕਾਂ, ਲੇਕਿਨ ਮਨਾ ਕਰ ਦਿੱਤਾ। ਨਹੀਂ, ਕੋਰਟ ਨਹੀਂ, ਜੇਲ੍ਹ ਚ, ਉਹ ਤੇ ਐਜਿਟ ਜੀ ਹੋ ਗਿਆ ਨਾ, ਉਹ ਤੇ ਪੰਕਜ ਜੋ ਇੱਕ ਪ੍ਰੋਵੀਜ਼ਨ ਹੈ, ਹਾਂਜੀ, ਇੱਕ ਜਿਹੜਾ ਹਵਾ ਲਾਤੀ ਹੈ ਉਹਦੀ ਜਿਹੜੀ ਨੋਮੀਨੇਸ਼ਨ ਹੁੰਦੀ ਉਹ ਜੇਲ੍ਹ ਚ ਹੀ ਹੁੰਦੀ ਹੈ। ਅੱਗੇ ਕੀ ਹੁੰਦਾ ਸੀਗਾ 99 ਚ ਕਹਿ ਲਓ ਜਾਂ ਉਸ ਤੋਂ ਬਾਅਦ ਜਿੰਨੀਆਂ ਇਲੈਕਸ਼ਨਾਂ ਹੋਈਆਂ, ਈਵਨ ਕਿ 2007-12 ਤੱਕ ਵੀ ਕੋਈ ਨਿਯਮ ਵਾਲੇ ਸਖ਼ਤ ਨਹੀਂ ਸੀਗੇ। ਹੁਣ ਤਾਂ ਇਲੈਕਸ਼ਨ ਕਮਿਸ਼ਨ ਦੇ ਨਿਯਮ ਹੀ ਇੰਨੇ ਸਖ਼ਤ ਹੋ ਗਏ ਆ, ਤੁਸੀਂ ਤਾਂ ਬਾਹਰ ਰਹਿ ਕੇ ਨਹੀਂ ਪੂਰੇ ਕਰ ਸਕਦੇ। ਲੇਕਿਨ ਖਡੂਰ ਸਾਹਿਬ ਦੀ ਧਰਤੀ ਤੋਂ ਹੀ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਜੇਲ੍ਹ 'ਚ ਰਹਿ ਕੇ, ਇਸ ਗੱਲ ਦਾ ਤੁਹਾਨੂੰ ਡਰ ਜਾਂ ਚਿੰਤਾ ਹੈ? ਇਸ ਕਰਕੇ ਤੁਹਾਡੇ ਬਿਆਨ 'ਚ ਜ਼ਿਆਦਾ ਅਟੈਕ ਅੰਮ੍ਰਿਤਪਾਲ ਨੂੰ ਕੀਤਾ ਜਾਂਦਾ ਕਿ ਉਹੀ ਇਤਿਹਾਸ ਦੁਬਾਰਾ ਨਾ ਰਚਿਆ ਜਾਵੇ? ਹਾਂ, ਇਹ ਹੋ ਸਕਦਾ ਹੈ ਕਿ ਮਾਨ ਸਾਹਿਬ ਦੀਆਂ ਬਾਹਰ ਜਿਹੜੀ ਸੈਲਮ ਦਬਾਉਣ ਵਾਲੀਆਂ ਚਿੱਠੀਆਂ ਨੇ
ਉਹਨਾਂ ਦੀ ਗਿਣਤੀ ਥੋੜੀ ਜਿਹੀ ਵੱਧ ਸਕਦੀ, ਉਹਦਾ ਰੇਟ ਥੋੜਾ ਜਿਹਾ ਵੱਧ ਸਕਦਾ, ਇਹ ਜ਼ਰੂਰ ਹੋ ਸਕਦਾ, ਮਾਨ ਸਾਹਿਬ ਦਾ ਹੋਇਆ ਹੋਊਗਾ। ਹਾਂਜੀ, ਮੇਰੇ ਸਤਿਕਾਰਯੋਗ ਨੇ, ਮੈਂ ਕਦੀ ਉਹਨਾਂ ਦੇ ਵਿਰੁੱਧ ਨਾ ਕਦੀ ਬੋਲਿਆ ਨਾ ਮੈਂ ਬੋਲੂਗਾ, ਉਹਨਾਂ ਦੀ ਕੁਰਬਾਨੀ ਦਾ ਮੈਂ ਸਤਿਕਾਰ ਕਰਦਾ। DIG ਦਾ ਅਹੁਦਾ, IPS ਦਾ ਅਹੁਦਾ ਛੱਡਣਾ ਕੋਈ ਛੋਟੀ ਜਿਹੀ ਗੱਲ ਨਹੀਂ, ਫਿਰ 5 ਸਾਲ ਜਿਹੜੀ ਜੇਲ੍ਹ ਕੱਟਣੀ। ਇਹ ਜੋ ਹੈ ਨਾ, ਸਭ ਕੁਝ ਕਹਿ ਵੀ ਦਿੱਤਾ ਤੇ ਕਹਿਣਾ ਨਹੀਂ 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 ਮੈਂ ਕਹਿ ਵੀ ਦਿੱਤਾ ਨਹੀਂ ਕਹਿ ਕੇ ਹੁਣ ਤੁਸੀਂ ਬਲ ਸਾਹਿਬ ਨੂੰ ਉਹਨਾਂ ਕੋ ਕਾਕਾ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਨੂੰ ਕਹਿਣਾ ਪੈ ਰਿਹਾ। ਨਹੀਂ 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 ਦੇਖੋ, ਮੈਂ ਤਾਂ ਗੱਲ ਕੀਤੀ ਜਿਹੜੀ ਹੈ ਕਿ ਮਾਨ ਸਾਹਿਬ ਨੇ 3 ਵਾਰ MP ਬਣ ਕੇ ਕੌਮ ਦਾ ਕੀ ਸਵਾਰਿਆ ਆ। ਅੱਛਾ, ਲਾਸਟ ਸਵਾਲ, ਮੁਕਾਬਲਾ ਕਿਸ ਦੇ ਨਾਲ ਲੱਗਦਾ, ਅੰਮ੍ਰਿਤਪਾਲ ਨਾਲ, ਜੀਰੇ ਨਾਲ, ਜਾਂ ਫਿਰ ਤੁਹਾਨੂੰ ਲਾਲਜੀਤ ਸਿੰਘ ਭੁੱਲਰ ਨਾਲ? ਚੋਣਾਂ ਨੇ ਨਾ, ਚੋਣਾਂ ਦੇ ਵਿੱਚ ਟੱਕਰ ਹੁੰਦੀ ਹੈ। ਟੱਕਰ ਕਹਿੰਦੇ ਆ, ਮੇਰੀ ਟੱਕਰ ਸੈਂਟਰ ਦੇ ਨਾਲ ਹੈ, ਸੈਂਟਰ ਦੀਆਂ ਚੀਕਾਂ ਕਢਾਉਂ। ਚਲੋ, ਬੈਸਟ ਆਫ ਲੱਕ ਵਲਟਵਾ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਗੇੜੀ ਕਿਵੇਂ ਲੱਗੀ? ਪੰਕਜ ਹੋਵੇ ਤੇ ਫਿਰ ਕੀ ਕਹਿੰਦੇ ਆ ਕਿ ਗੇੜੀ ਮਿੱਠੀ ਨਾ ਲੱਗੇ, ਹੋ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਟਰੈਕਟਰ ਤੇ ਗੇੜੀ ਅੱਜ ਖਡੂਰ ਸਾਹਿਬ ਦੇ ਵਿੱਚ ਜਿਹੜਾ ਵਿਰਸਾ ਸਿੰਘ ਬਲਟੋਹਾ ਹੋਰਾਂ ਦੇ ਨਾਲ ਲਗਾਈ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਜ਼ਰੂਰ ਫੀਡਬੈਕ ਦਿਓ। ਫਿਲਹਾਲ ਮੈਨੂੰ ਤੇ ਮੇਰੇ ਸਾਥੀ ਸੰਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।